देख रहे हो सांझ टीवी न्यूज पोर्टल। तंदरुस्त पंजाब की दुहाई देन वाला जिला फाजिलका का प्रशासन इस मामले विच काफी पिछड़िया होया नजर आ रहा है, क्योंकि जगह जगह गंदगी दे ढेर, गली मोहल्लिया विच बिखरिया सीवरेज का गंदा पानी, बीमारियां फैलांदे गंदगी विच मुंह मारदे अवारा पशु नजर आ रहे हन। सब तो वड्डी गल एह है कि सफाई ना होण दे कारण जगह जगह गंदगी दे ढेर लगे पे हन, जिस नाल डेंगू फैलदा जा रहा है अते लोक डेंगू अते मलेरिया जिहे रोगां दा शिकार हो रहे हन। सरकारी हस्पतालां विच इलाज दे वधिया प्रबंध ना होण दे कारण लोक प्राइवेट हस्पतालां विच अपना इलाज करवा रहे हन, पर जदों तक ओह प्राइवेट हस्पताल पहुंचते हन उदों तक देर हो चुकी हुंदी है, जिस नाल पिछले दिनी फाजिलका विच काफी मौतां भी होईयां हन। बीते दिनी अबोहर विच 32 सालां दी लड़की दी डेंगू दी बीमारी दे चलदिआं मौत हो गई, अते उन्हां दे परिवारक मैंबरां ने दस्सिआ कि उन्हां सरकारी हस्पताल दी बजाए प्राइवेट हस्पताल विच इलाज करवाया, पर इलाज दे दौरान उन्हां दी 9 दी मौत हो गई। मैं प्रेम कुमार गर्ग, पंजाब नेशनल बैंक से रह रहा हूँ, लाजपत नगर 2 नंबर गली में रह रहा हूँ। मेरी डॉटर इन लॉ, उसका नाम समृति है। उसकी मतलब जब डायग्नोज हुआ तो डेंगू डायग्नोज हुआ, उससे उसका ट्रीटमेंट लिया, उस तो रिकवरी हो गई। मतलब और 26 दिन मतलब ये उसे बढ़ने चले गए, उसे थोड़ी जी उन्होंने दवा चेक कराया था, कंप्लीकेशन आई जिद मतलब उन्होंने लीवर इन्फेक्शन सी, तो अपना जो अपने होंगे प्लेट्स वो भी मतलब 19,000 हो गए, जो कि सुबह 8,000 से, इस करके उसे कंप्लीकेशन होना कुछ जो सोजिश आ गई, ਅਤੇ ਉਹਨਾਂ ਦੀ ਮਤਲਬ ਉੱਥੇ ਟ੍ਰੀਟਮੈਂਟ ਚੱਲਦਾ ਰਿਹਾ। ਰਾਤ ਨੂੰ ਉਹਨਾਂ ਦੀ 11:30 ਡੈਥ ਹੋ ਗਈ। ਤਾਂ ਜੋ ਮੇਰੀ ਡਾਟਰ ਲਾ ਹੈਗੀ ਆ, ਦੱਸੋ ਨਾ, ਮਤਲਬ ਸਮ੍ਰਿਤੀ ਹੈ, ਸਮ੍ਰਿਤੀ, ਉਮਰ 32 ਸਾਲ ਦੀ, ਉਹਦਾ ਇੱਕ ਬੇਟਾ ਹੈ, ਉਹਦੀ ਲਗਭਗ ਉਮਰ 3 ਸਾਲ ਹੈਗੀ ਹੈ। ਸਾਡੇ ਸ਼ਹਿਰ ਫਾਜ਼ਿਲਕਾ 'ਚ ਅਸੀਂ ਅਸਾਂ ਨੂੰ ਇੱਕ ਬੇਨਤੀ ਕਰ ਰਹੇ ਹਾਂ, ਸਾਡੇ ਫਾਜ਼ਿਲਕਾ 'ਚ ਸਫਾਈ ਨਹੀਂ ਹੈਗੀ, ਨਗਰ ਕੌਂਸਲ ਵਾਲੇ ਗੰਦਗੀ ਚੁੱਕਦੇ, ਕਿੱਥੇ ਕੂੜਾ ਪਿਆ ਉੱਥੇ ਪਿਆ ਰਹਿੰਦਾ ਜੀ, ਅਤੇ ਡੇਂਗੂ ਕਰਕੇ ਲੋਕ ਬਹੁਤ ਬਿਮਾਰ ਹੋ ਰਹੇ, ਮਲੇਰੀਆ ਹੋ ਰਿਹਾ, ਨਾ ਸਭ ਪਾਣੀ ਇੱਥੇ, ਜੇ ਪਾਣੀ ਖੜਾ ਦਿੱਤਾ ਤਾਂ ਪਾਣੀ ਦੀ ਨਿਕਾਸੀ ਕੋਈ ਨਹੀਂ ਹੈਗੀ, ਇਹਦੇ ਕਰਕੇ ਲੋਕ ਇੱਥੇ ਸਿਵਲ ਹਸਪਤਾਲ ਜਾ ਕੇ ਰਾਜੀ ਨਹੀਂ, ਕਿਉਂ ਇਲਾਜ ਨਹੀਂ ਹੁੰਦਾ, ਲੋਕਾਂ ਨੂੰ ਮਹਿੰਗੇ ਇਲਾਜ ਪ੍ਰਾਈਵੇਟ ਜਾ ਕਰਾਉਣਾ ਪੈਂਦਾ। ਸਾਡੀ ਇਹ ਗੁਜ਼ਾਰਿਸ਼ ਹੈ ਕਿ ਇਹ ਗੰਦਗੀ ਚੱਕੀ ਜਾਵੇ, ਸਾਡਾ ਸ਼ਹਿਰ ਸਾਫ਼ ਸੁਥਰਾ ਹੋਵੇ, ਅਤੇ ਲੋਕ ਬਿਮਾਰ ਹੋ ਰਹੇ, ਉਹਨਾਂ ਦੀ ਕੇਅਰ ਨਹੀਂ ਹੋ ਰਹੀ ਜੋ ਹਸਪਤਾਲ ਜਾਂਦੇ ਨੇ, ਅਤੇ ਅਸੀਂ ਇਹ ਪ੍ਰਸ਼ਾਸਨ ਕੋਲ ਮੰਗ ਕਰਨੇ ਹਾਂ, ਪੰਜਾਬ ਗੌਰਮੈਂਟ ਨੂੰ ਮੰਗ ਕਰਨੇ ਹਾਂ, ਨਗਰ ਕੌਂਸਲ ਮੰਗ ਕਰਨੇ, ਸਾਡੇ ਸ਼ਹਿਰ ਸਾਫ਼ ਸੁਥਰਾ ਹੋਣਾ ਚਾਹੀਦਾ, ਅਤੇ ਸਾਨੂੰ ਇਹ ਭਰੋਸਾ ਦਿੱਤਾ ਜਾਵੇ, ਇਸ ਕਰਕੇ ਗੰਦਗੀ ਚੱਕੀ ਜਾਏਗੀ, ਕਿੱਥੋਂ ਵੀ ਗੰਦ ਪਿਆ ਕੋਈ ਤਾਂ ਅਧਿਕਾਰੀ ਵੇਖਣ ਨਹੀਂ ਆਉਂਦਾ, ਕਿਉਂਕਿ ਬਿਮਾਰ ਪਿਆ ਤਾਂ ਪਿਆ ਰੋ, ਕੋਈ ਡਾਕਟਰ ਮੌਕੇ 'ਤੇ ਨਹੀਂ ਹੁੰਦਾ, ਸਾਡੀ ਇਹ ਪੰਜਾਬ ਸਰਕਾਰ ਤੋਂ ਮੰਗ। ਉੱਥੇ ਜਦੋਂ ਹਸਪਤਾਲ ਦੇ ਅਧਿਕਾਰੀ ਇੰਦਰਜੀਤ ਸਿੰਘ ਤੋਂ ਇਸ ਸੰਬੰਧੀ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ 57 ਦੇ ਕਰੀਬ ਡੇਂਗੂ ਦੇ ਮਰੀਜ਼ ਆਏ ਸਨ, ਜਿਨ੍ਹਾਂ ਵਿੱਚੋਂ ਸ਼ਹਿਰ ਦੇ ਸਿਰਫ 15 ਲੋਕ ਹੀ ਸਨ। ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ, ਕਿਉਂਕਿ ਸਾਡੇ ਕੋਲ ਇੱਥੇ ਨਾ ਐਡਮਿਟ ਹੋਏ ਆ, ਨਾ ਹੀ ਇੱਥੇ ਮਤਲਬ ਇਹਨਾਂ ਨੇ ਟੈਸਟ ਕਰਾਇਆ, ਨਾ ਹੀ ਸਾਡੇ ਕੋਲ ਆਏ ਨੇ, ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ। ਜੇ ਕਾਰਵਾਈ ਸਾਨੂੰ ਪਤਾ ਵੀ ਉੱਥੇ ਡੇਂਗੂ ਕੇਸ, ਫਿਰ ਅਸੀਂ ਉੱਥੇ ਜਾ ਕੇ ਜੋ ਵੀ ਚਾਰ ਸਪੇਅਰ ਦਾ ਏਰੀਆ ਦਾ ਸਰਵੇ ਕਰਾਂਗੇ, ਅਤੇ ਇਨਡੋਰ ਦੇ ਸਪਰੇ ਵੀ ਕਰਵਾਵਾਂਗੇ ਪਾਸੇ ਆਸੇ ਪਾਸੇ ਜਿੰਨੇ ਵੀ ਘਰਾਂ ਦੇ ਵਿੱਚ 50-60 ਤੱਕ ਜਿੰਨੇ ਵਾਲੇ ਦਾ ਜਿੱਥੇ ਵੀ ਕੇਸ ਹੁੰਦਾ ਸੀ ਉੱਥੇ ਕਰਦੇ ਕਾਰਵਾਈ ਕਰਦੇ ਹਾਂ, ਇਨਫੋਰਮੇਸ਼ਨ ਨਹੀਂ ਇਸ ਬਾਰੇ ਟੈਸਟ ਕਰਿਆ। ਹੁਣ ਤੱਕ ਤਕਰੀਬਨ ਡੇਂਗੂ ਦੇ ਕੇਸ ਜਿਹੜੇ ਪੋਜ਼ੀਟਿਵ 4 ਕੇਸ ਐਡਮਿਟ ਹੋਏ ਸੀ, ਅਤੇ ਸਾਡੇ ਕੋਲ ਜਿਹੜਾ ਹੁਣ ਤੱਕ ਦੇ ਜੁਲਾਈ ਤੋਂ ਲੈ ਕੇ 56 ਕੇਸ ਜਿਹੜੇ ਉਹ ਸਾਡੇ ਕੋਲ ਇੰਟਰ ਹੋ ਚੁੱਕੇ ਆ ਡੇਂਗੂ ਦੌਰਾਨ, ਪਰ ਲੇਕਿਨ ਸ਼ਹਿਰ ਦੇ ਵਿੱਚ ਆਪਣੇ 14 ਕੇਸ ਹੀ ਸਿਰਫ ਜਿਹੜੇ ਪੋਜ਼ੀਟਿਵ ਆਏ ਹੈ, ਬਾਕੀ ਇਹਨਾਂ 'ਚ ਕੋਈ ਪੋਜ਼ੀਟਿਵ ਨਹੀਂ ਆਇਆ, ਕੋਈ 4-5 ਪਿੰਡਾਂ ਦੇ ਕੇਸ ਸੀ ਉਹ ਪੋਜ਼ੀਟਿਵ ਆਏ ਨੇ, ਜਿਹੜੇ ਸਾਡੇ ਕੋਲ ਇੰਟਰ ਹੋਏ ਉਹ 56 ਕੇਸ ਹੋਏ। ਤਾਂ ਸਵੇਰੇ ਅਸੀਂ ਸੁਬਾਹ ਜਾ ਕੇ ਮਤਲਬ ਆਪਦੀ ਕਾਰ ਵੇਖਾਂਗੇ, ਲੈ ਇਨਫੋਰਮੇਸ਼ਨ ਲਵਾਂਗੇ, 4 ਸਵੇਰੇ ਜਾ ਕੇ ਜੇ ਸਾਨੂੰ ਜ਼ਰੂਰਤ ਪਈ ਸਰਵੇ ਆਪਣੇ ਸਰਵੇ ਵਗੈਰਾ ਜੋ ਕਰਵਾਉਣ ਦੀ। ਹੁਣ ਵੇਖਣਾ ਹੋਵੇਗਾ ਕਿ ਲੋਕਾਂ ਵੱਲੋਂ ਕੀਤੀ ਗਈ ਅਪੀਲ ਉੱਤੇ ਜਗ੍ਹਾ ਜਗ੍ਹਾ ਫੈਲੀ ਗੰਦਗੀ ਨੂੰ ਪ੍ਰਸ਼ਾਸਨ ਸਾਫ਼ ਕਰਵਾ ਪਾਉਂਦਾ ਹੈ ਜਾਂ ਨਹੀਂ। ਇਸ ਗੰਦਗੀ ਦੇ ਕਾਰਨ ਇੰਝ ਹੀ ਤੰਦਰੁਸਤ ਪੰਜਾਬ ਵਿੱਚ ਮੌਤਾਂ ਦੀ ਗਿਣਤੀ ਵੱਧਦੀ ਰਹੇਗੀ। ਫਾਜ਼ਿਲਕਾ ਤੋਂ ਸੁਰਿੰਦਰਜੀਤ ਸਿੰਘ ਦੀ ਰਿਪੋਰਟ। ਦਿਲਾਂ ਦੀ ਸਾਂਝ ਤੇ ਮੁਹੱਬਤਾਂ ਦੇ ਪੈਗਾਮ ਵੰਡਦਾ ਪੰਜਾਬ ਪੰਜਾਬੀਅਤ ਨਾਲ ਭਰਪੂਰ ਸਾਂਝ ਟੀਵੀ, ਵਿਦੇਸ਼ਾਂ 'ਚ ਬੈਠੇ ਆਪਣਿਆਂ ਨੂੰ ਦੇਸ਼ ਦੀ ਮਿੱਟੀ ਨਾਲ ਜੋੜਦਾ ਸਾਂਝ ਟੀਵੀ, ਧਾਰਮਿਕ ਪ੍ਰੋਗਰਾਮ, ਸੱਭਿਆਚਾਰਕ ਮੇਲੇ, ਵਿਆਹ ਸ਼ਾਦੀ, ਛਿੰਜ ਮੇਲੇ, ਕਬੱਡੀ ਟੂਰਨਾਮੈਂਟ ਦਾ ਲਾਈਵ ਬ੍ਰੌਡਕਾਸਟ ਦੇਸ਼ ਵਿਦੇਸ਼ ਵਿੱਚ ਕਰਵਾਉਣ ਲਈ ਡੀਜੀ ਕੇਬਲ ਫਗਵਾੜਾ ਅਤੇ ਸਾਂਝ ਟੀਵੀ ਨਾਲ ਸੰਪਰਕ ਕਰੋ।